ਹੈਲੋ ਐਂਡ ਵੈਲਕਮ ਟੂ ਦ ਯੂਟਿਊਬ ਚੈਨਲ ਲਰਨ ਵਿਦ ਹਰਵਿੰਦਰ ਸਰ ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਦਾ ਮਾਡਲ ਟੈਸਟ ਪੇਪਰ 2 ਜਿਹੜੀ ਕਿ ਤੁਹਾਡੀ ਬੋਰਡ ਦੀ ਪ੍ਰੀਖਿਆ ਹੋਣੀ ਹੈ ਉਸਦਾ ਅਸੀਂ ਸੈਂਪਲ ਪੇਪਰ ਕਰਦੇ ਹਾਂ 80 ਅੰਕਾਂ ਦੀ ਪ੍ਰੀਖਿਆ 3 ਘੰਟਿਆਂ ਦਾ ਸਮਾਂ 5 ਅੰਕ ਸੁੰਦਰ ਲਿਖਾਈ ਲਈ ਨਿਰਧਾਰਿਤ ਕੀਤੇ ਗਏ ਹਨ ਉਸ ਤੋਂ ਬਾਅਦ ਹਨ ਵਸਤੂ ਨਿਸ਼ਚਿਤ ਪ੍ਰਸ਼ਨ ਸਭ ਤੋਂ ਪਹਿਲਾਂ 1 ਜਾਂ 2 ਸ਼ਬਦਾਂ ਵਿੱਚ ਉੱਤਰ ਦਿਓ ਜਿਸ ਵਿੱਚ ਸਭ ਤੋਂ ਪਹਿਲਾਂ ਨੀਲੀ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਲਿਖੋ ਗਵਾਲਾ ਗੁਲਜ਼ਾਰ ਸਿੰਘ ਸੰਧੂ ਦੀ ਕਿਹੜੀ ਕਹਾਣੀ ਲਾਜ਼ਮੀ ਪੰਜਾਬੀ 12ਵੀਂ ਪਾਠ ਪੁਸਤਕ ਵਿੱਚ ਸ਼ਾਮਿਲ ਹੈ ਕਰਜ਼ਾ ਆਪਣੇ ਸੱਭਿਆਚਾਰ ਸ਼ਬਦ ਕਿਹੜੇ 2 ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਸੱਭਿ ਅਤੇ ਆਚਾਰ ਬਾਗ ਅਤੇ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਉੱਪਰ ਕੀਤੀ ਜਾਂਦੀ ਹੈ ਖੱਦਰ ਦੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਦਾ ਕਵੀ ਕੌਣ ਹੈ ਪ੍ਰੋਫੈਸਰ ਪੂਰਨ ਸਿੰਘ ਇਸ ਤੋਂ ਬਾਅਦ ਬਹੁ ਚੋਣਵੇਂ ਪ੍ਰਸ਼ਨ ਮਲਟੀਪਲ ਚੋਇਸ ਕੁਸ਼ਚਨ MCQ ਆਪਣਾ ਦੇਸ਼ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਹਰਿੰਦਰ ਗੁਰਿੰਦਰ ਨਿਰੰਜਨ ਸਿੰਘ ਜਾਂ ਮੇਜ਼ਬਾਨ ਅਤੇ ਇਸਦਾ ਉੱਤਰ ਹੈ ਨਿਰੰਜਨ ਸਿੰਘ ਕਰਜ਼ਾ ਆਪਣੇ ਕਹਾਣੀ ਦਾ ਪਾਤਰ ਕਿਹੜਾ ਹੈ ਜੀਤੋ ਬੁੱਢੀ ਮਾਈ ਹੈਰੀ ਜਾਂ ਰਿਕਸ਼ੇ ਵਾਲਾ ਅਤੇ ਇਸਦਾ ਉੱਤਰ ਹੈ ਜੀਤੋ ਰੂਪ ਦੇ ਪੱਖੋਂ ਨਕਲਾਂ ਕਿੰਨੀਆਂ ਪ੍ਰਕਾਰ ਦੀਆਂ ਹਨ 2, 3, 5 ਜਾਂ 8 ਅਤੇ ਇਸਦਾ ਉੱਤਰ ਹੈ 2 ਇਸ ਤੋਂ ਬਾਅਦ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਵਿੱਚ ਕਵੀ ਭਾਈਚਾਰੇ ਬਾਰੇ ਕਿਸ ਨਾਲ ਗੱਲ ਕਰਦਾ ਹੈ ਆਪਸ਼ਨਸ ਹਨ ਪੜ੍ਹੇ ਲਿਖੇ ਨੌਜਵਾਨ ਨਾਲ ਬਜ਼ੁਰਗ ਨਾਲ ਔਰਤ ਨਾਲ ਜਾਂ ਬੱਚੇ ਨਾਲ ਅਤੇ ਇਸਦਾ ਉੱਤਰ ਹੈ ਪੜ੍ਹੇ ਲਿਖੇ ਨੌਜਵਾਨ ਨਾਲ ਇਸ ਤੋਂ ਬਾਅਦ ਖਾਲੀ ਥਾਂ ਭਰੋ ਰਾਣੀ ਆਪਣੇ ਪੈਰ ਤੋਂ ਹੁੰਦੀ ਡੈਸ਼ ਨਹੀਂ ਕਹਾਉਂਦੀ ਭੋਲੀ ਗੋਲੀ ਤੋਪ ਜਾਂ ਟੋਲੀ ਅਤੇ ਇਸਦਾ ਉੱਤਰ ਹੈ ਗੋਲੀ ਇਸ ਤੋਂ ਬਾਅਦ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗਲਤ ਵਿਆਹ ਇਕੱਠੇ ਮਿਲ ਕੇ ਬੈਠਣ ਦਾ ਇੱਕੋ ਇੱਕ ਮੌਕਾ ਹੁੰਦਾ ਸਹੀ ਹੈ ਗਲਤ ਅਤੇ ਬਿਲਕੁਲ ਸਹੀ ਹੈ ਅੰਨੇ ਮੰਗਤੇ ਦਾ ਗੀਤ ਸੁਣ ਕੇ ਲੇਖਕਾਂ ਦੇ ਮਨ ਵਿੱਚ ਆਪਣੇ ਬਾਰੇ ਖਿਆਲ ਆਉਣ ਲੱਗੇ ਅਤੇ ਗਲਤ ਹੈ ਕਿਉਂਕਿ ਉਸਦੇ ਮਨ ਵਿੱਚ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਬਾਰੇ ਖਿਆਲ ਆਉਣ ਲੱਗੇ ਇਸ ਤੋਂ ਬਾਅਦ ਹਿਮਾਚਲ ਅਤੇ ਹਰਿਆਣਾ 1 ਨਵੰਬਰ 1969 ਨੂੰ ਹੋਂਦ ਵਿੱਚ ਆਇਆ ਇਹ ਗਲਤ ਹੈ ਕਿਉਂਕਿ 1 ਨਵੰਬਰ 1966 ਨੂੰ ਹੋਂਦ ਵਿੱਚ ਆਏ ਸੀਗੇ ਮੇਲਾ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਨਹੀਂ ਸਮਾਇਆ ਅਤੇ ਗਲਤ ਹੈ ਕਿਉਂਕਿ ਸਮਾਇਆ ਹੋਇਆ ਟੁਕੜੀ ਜਗ ਤੋਂ ਨਿਆਰੀ ਕਵਿਤਾ ਵਿੱਚ ਪੰਜਾਬ ਦੀ ਖੂਬਸੂਰਤੀ ਦਾ ਜ਼ਿਕਰ ਅਤੇ ਗਲਤ ਹੈ ਕਿਉਂਕਿ ਕਸ਼ਮੀਰ ਦੀ ਖੂਬਸੂਰਤੀ ਦਾ ਜ਼ਿਕਰ ਹੈ ਇਸ ਤੋਂ ਬਾਅਦ ਸੱਭਿਆਚਾਰ ਵਿੱਚੋਂ ਕਿਸੇ 2 ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਮੇਲਿਆਂ ਦੇ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਅਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਜਾਤੀ ਲਈ ਮੇਲਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਮੇਲਿਆਂ ਵਿੱਚ ਜਾਤੀ ਖੁੱਲ੍ਹ ਕੇ ਸਾਹ ਲੈਂਦੀ ਹੈ ਲੋਕ ਪ੍ਰਤਿਭਾ ਨਿਖਰਦੀ ਹੈ ਅਤੇ ਚਰਿੱਤਰ ਦਾ ਨਿਰਮਾਣ ਹੁੰਦਾ ਮੇਲੇ ਧਾਰਮਿਕ ਅਤੇ ਕਲਾਤਮਿਕ ਭਾਵਾਂ ਦੀ ਤ੍ਰਿਪਤੀ ਕਰਦੇ ਹਨ ਇਹਨਾਂ ਮੇਲਿਆਂ ਵਿੱਚ ਜਾਤੀ ਦਾ ਮਨ ਤਾਲਬੱਧ ਹੋ ਕੇ ਨੱਚਦਾ ਅਤੇ ਇਕਸੁਰ ਹੋ ਕੇ ਗੂੰਜਦਾ ਹੈ ਅਗਲਾ ਪ੍ਰਸ਼ਨ ਹੈ ਰਸਮਾਂ ਰਿਵਾਜ਼ਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ ਅਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਰਸਮਾਂ ਰਿਵਾਜ਼ਾਂ ਦੇ ਪੈਦਾ ਹੋਣ ਦੇ ਕਈ ਕਾਰਨ ਹਨ ਮੁੱਢਲੇ ਮਨੁੱਖ ਨੂੰ ਦੈਵੀ ਤਾਕਤਾਂ ਦਾ ਭੈ ਸਾਡੇ ਨਾਲੋਂ ਜ਼ਿਆਦਾ ਸੀ ਬਹੁਤ ਸੰਸਕਾਰਾਂ ਦਾ ਆਰੰਭ ਇਹਨਾਂ ਦੈਵੀ ਤਾਕਤਾਂ ਨੂੰ ਪਤਿਆਉਣ ਜਾਂ ਰਿਝਾਉਣ ਕਰਕੇ ਹੋਇਆ ਕੁਝ ਸੰਸਕਾਰ ਖੁਸ਼ੀ ਦੇ ਮੌਕਿਆਂ ਜਿਵੇਂ ਜਨਮ ਵਿਆਹ ਆਦਿ ਅਤੇ ਗਮੀ ਦੇ ਮੌਕਿਆਂ ਜਿਵੇਂ ਮੌਤ ਤੋਂ ਵੀ ਪੈਦਾ ਹੋਏ ਤੀਜਾ ਕਾਰਨ ਹੈ ਮਨੁ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ 4 ਭਾਗਾਂ ਬ੍ਰਹਮਚਰਜ ਗ੍ਰਹਿਸਥ ਬਾਨਪ੍ਰਸਥ ਅਤੇ ਸੰਨਿਆਸ ਵਿੱਚ ਵੰਡਿਆ ਗਿਆ ਸੀ ਅਤੇ ਹਰ ਭਾਗ ਦੇ ਵੱਖ ਵੱਖ ਸੰਸਕਾਰ ਬੱਝੇ ਹੋਏ ਸਨ ਅਗਲਾ ਪ੍ਰਸ਼ਨ ਹੈ ਲੋਕ ਕਿੱਤਾ ਅਤੇ ਲੋਕਤੰਤਰ ਦੇ ਅਰਥਾਂ ਵਿੱਚ ਮਾਮੂਲੀ ਫਰਕ ਹੈ ਇਸ 'ਤੇ ਚਾਨਣਾ ਪਾਓ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਲੋਕ ਕਿੱਤਾ ਪਿਤਾ ਪੁਰਖੀ ਕੰਮ ਨੂੰ ਕਿਹਾ ਜਾਂਦਾ ਜਿਸ ਨੂੰ ਨਵੀਂ ਪੀੜ੍ਹੀ ਆਪਣੇ ਵੱਡੇ ਵਡੇਰਿਆਂ ਤੋਂ ਸਿੱਖਦੀ ਹੈ ਅਤੇ ਫਿਰ ਆਪਣੇ ਤੋਂ ਅਗਲੀਆਂ ਆਉਣ ਵਾਲੀ ਪੀੜ੍ਹੀ ਨੂੰ ਸਿਖਾ ਕੇ ਉਹਦੇ ਹੱਥਾਂ ਵਿੱਚ ਸੌਂਪ ਦਿੰਦੀ ਹੈ ਧੰਦਾ ਅਜਿਹੇ ਕਿੱਤੇ ਨੂੰ ਕਿਹਾ ਜਾਂਦਾ ਜਿਸ ਕੰਮ ਤੋਂ ਧਨ ਪ੍ਰਾਪਤ ਹੋਵੇ ਧੰਦੇ ਵਿੱਚ ਕਿਸੇ ਕਿਰਤ ਦਾ ਨਿਰਮਾਣ ਜ਼ਰੂਰੀ ਨਹੀਂ ਹੁੰਦਾ ਜਿਵੇਂ ਵਪਾਰ ਸ਼ਾਹੂਕਾਰੀ ਦਲਾਲੀ ਆਦਿ ਧੰਦੇ ਨੂੰ ਕਿੱਤੇ ਦੇ ਟਾਕਰੇ ਕੁਝ ਘੱਟ ਸਤਿਕਾਰ ਨਾਲ ਵੇਖਿਆ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਪੰਜਾਬ ਦੇ ਲੋਕ ਨਾਚਾਂ ਦੀ ਪਰੰਪਰਾ ਜਾਂ ਪ੍ਰਾਚੀਨਤਾ ਦਾ ਕਿਵੇਂ ਪਤਾ ਲੱਗਦਾ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਪੰਜਾਬ ਵਿੱਚ 5000 ਪੂਰਵ ਈਸਵੀ ਤੋਂ ਲੋਕ ਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ ਪੂਰਵ ਈਸਵੀ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਕਈ ਭੂਗੋਲਿਕ ਸਮਾਜਿਕ ਅਤੇ ਵਿਸ਼ੇਸ਼ ਕਰਕੇ ਇਤਿਹਾਸਿਕ ਪਰਿਵਰਤਨ ਆ ਚੁੱਕੇ ਹਨ ਅਨੇਕ ਜਨਜਾਤੀਆਂ ਜਿਨ੍ਹਾਂ ਵਿੱਚ ਦਰਾਵਣਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਸ਼ਾਮਲ ਹਨ
ਨੇ ਇਸ ਖਿੱਤੇ ਦੇ ਸੱਭਿਆਚਾਰਕ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ। ਅਗਲਾ ਪ੍ਰਸ਼ਨ ਹੈ, ਪੰਜਾਬੀ ਸੱਭਿਆਚਾਰ ਵਿੱਚ ਨਕਲਾਂ ਦਾ ਕੀ ਮਹੱਤਵ ਹੈ? ਅਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ, ਬੇਸ਼ੱਕ ਅੱਜ ਆਧੁਨਿਕ ਟੈਕਨੋਲੋਜੀ ਕਰਕੇ ਮਨੋਰੰਜਨ ਦੇ ਨਵੇਂ ਤੋਂ ਨਵੇਂ ਸਾਧਨ ਵੱਧ ਰਹੇ ਹਨ, ਫਿਰ ਵੀ ਨਕਲਾਂ ਦੀ ਪੰਜਾਬੀ ਸੱਭਿਆਚਾਰ ਵਿੱਚ ਆਪਣੀ ਮਹੱਤਤਾ ਹੈ। ਇਸ ਕਰਕੇ ਜਦੋਂ ਕਿਤੇ ਨਕਲਾਂ ਪੈਂਦੀਆਂ ਹਨ ਤਾਂ ਲੋਕ ਬੜੀ ਦਿਲਚਸਪੀ ਨਾਲ ਇਹਨਾਂ ਨੂੰ ਵੇਖਦੇ ਹਨ। ਅਤੇ ਇਸ ਤੋਂ ਬਾਅਦ ਹਨ ਪੱਤਰ, ਦੋ ਵਿੱਚੋਂ ਕੋਈ ਵੀ ਕਰਨਾ ਅਤੇ ਤੁਸੀਂ ਆਪਣੇ ਵੱਲੋਂ ਵਧੀਆ ਜਿਹਾ ਪੱਤਰ ਹੈ ਉਹ ਲਿਖ ਸਕਦੇ ਹੋ। ਅਤੇ ਇਸ ਤੋਂ ਬਾਅਦ ਹੈ ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਢੁੱਕਵਾਂ ਸਿਰਲੇਖ ਵੀ ਲਿਖੋ। ਅਤੇ ਸੰਖੇਪ ਰਚਨਾ ਵੀ ਤੁਸੀਂ ਆਪ ਹੀ ਲਿਖਣੀ ਹੈ। ਜਿਹੜਾ ਸਿਰਲੇਖ ਹੈ ਉਹ ਵਧੀਆ ਜਿਹਾ ਸਿਰਲੇਖ ਹੈ, ਦੋ ਤੋਂ ਚਾਰ ਸ਼ਬਦਾਂ ਦੇ ਵਿਚਕਾਰ ਸਿਰਲੇਖ ਹੋਣਾ ਚਾਹੀਦਾ ਅਤੇ ਪਹਿਲੀ ਦੋ ਜਾਂ ਆਖਰੀ ਦੋ ਲਾਈਨਾਂ ਵਿੱਚ ਤੁਹਾਨੂੰ ਸਿਰਲੇਖ ਹੈ ਉਹ ਮਿਲ ਜਾਂਦਾ ਵੀ ਸਿਰਲੇਖ ਹੈ ਪਹਿਲੀ ਦੋ ਜਾਂ ਆਖਰੀ ਦੋ ਲਾਈਨਾਂ ਵਿੱਚ ਲੱਭਣਾ ਅਤੇ ਦੋ ਤੋਂ ਚਾਰ ਸ਼ਬਦਾਂ ਦੇ ਵਿਚਕਾਰ ਹੋਣਾ ਚਾਹੀਦਾ। ਇਸ ਤੋਂ ਬਾਅਦ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸੇ ਇੱਕ ਸ਼ਬਦ ਸਮੂਹ ਨੂੰ ਸ਼ਬਦ ਕੋਸ਼ ਤਰਤੀਬ ਅਨੁਸਾਰ ਲਿਖੋ। ਉਦਾਸ, ਸਭ ਤੋਂ ਪਹਿਲਾਂ ਉਦਾਸੀ, ਉੱਤਰ ਅਹੰਕਾਰ, ਇੱਕੜ ਦੁੱਕੜ, ਅਕਣਾ, ਸਹਿਕਾਰੀ। ਅਤੇ ਇਸਦੀ ਸਹੀ ਤਰਤੀਬ ਕੀ ਹੋਵੇਗੀ? ਉੱਤਰ ਉਦਾਸੀ, ਅਹੰਕਾਰ, ਅਕਣਾ, ਇੱਕੜ ਦੁੱਕੜ, ਸਹਿਕਾਰੀ। ਅਤੇ ਇਸ ਤੋਂ ਬਾਅਦ ਹੈ ਖਾਲਸਾ, ਖੁਦਾਈ, ਖੂਨ, ਖੁਸ਼ਕ, ਖਿਆਨਤ, ਖਰੀਦ। ਅਤੇ ਇਸਨੂੰ ਅਸੀਂ ਠੀਕ ਕਰਕੇ ਕਿਸ ਤਰ੍ਹਾਂ ਲਿਖ ਸਕਦੇ ਹਾਂ, ਤਰਤੀਬ ਅਨੁਸਾਰ ਕਿਸ ਤਰ੍ਹਾਂ ਲਿਖ ਸਕਦੇ ਹਾਂ? ਖਰੀਦ, ਖਾਲਸਾ, ਖਿਆਨਤ, ਖੁਸ਼ਕ, ਖੁਦਾਈ, ਖੂਨ। ਅਤੇ ਇਸ ਤੋਂ ਬਾਅਦ ਵਾਕ ਵਟਾਂਦਰਾ, ਹੇਠ ਲਿਖੇ ਵਾਕਾਂ ਵਿੱਚੋਂ ਕਿਸੇ ਤਿੰਨ ਦਾ ਬ੍ਰੈਕਟ ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਵਾਕ ਵਟਾਂਦਰਾ ਕਰੋ। ਸੁਰਿੰਦਰ ਮੋਹਨ ਤੋਂ ਗੇਂਦ ਖੋ ਕੇ ਭੱਜ ਗਿਆ, ਇਸਦਾ ਬਣਾਉਣਾ ਸੰਯੁਕਤ ਵਾਕ ਅਤੇ ਇਸਦਾ ਵਾਕ ਬਣੂਗਾ ਸੁਰਿੰਦਰ ਨੇ ਮੋਹਨ ਤੋਂ ਗੇਂਦ ਖੋਈ ਅਤੇ ਭੱਜ ਗਿਆ। ਇਸ ਤੋਂ ਬਾਅਦ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾ ਸਫਲਤਾ ਮਿਲਦੀ ਹੈ, ਇਸਦਾ ਬਣਾਉਣਾ ਮਿਸ਼ਰਤ। ਉਹਨਾਂ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਸਫਲਤਾ ਮਿਲਦੀ ਹੈ ਜਿਹੜੇ ਮਿਹਨਤ ਕਰਦੇ ਹਨ, ਭਾਵੇਂ ਉਸਦੀਆਂ ਸਹੇਲੀਆਂ ਮੂਰਖ ਹਨ ਪਰ ਉਹ ਸਿਆਣੀ ਹੈ, ਇਸਦਾ ਬਣਾਉਣਾ ਸੰਯੁਕਤ। ਉਸਦੀਆਂ ਸਹੇਲੀਆਂ ਮੂਰਖ ਹਨ ਪਰ ਉਹ ਸਿਆਣੀ ਹੈ। ਇਸ ਤੋਂ ਬਾਅਦ ਖਾਣਾ ਪਰੋਸ ਦਿਓ, ਇਸਦਾ ਬਣਾਉਣਾ ਕਰਮਣੀ ਵਾਚ ਅਤੇ ਇਸਦਾ ਬਣੂੰਗਾ ਖਾਣਾ ਪਰੋਸ ਦਿੱਤਾ ਜਾਵੇ। ਇਸ ਤੋਂ ਬਾਅਦ ਸਮਝਦਾਰ ਬੱਚੇ ਮਾਪਿਆਂ ਦਾ ਕਿਹਾ ਮੰਨਦੇ ਹਨ, ਇਸਦਾ ਬਣਾਉਣਾ ਮਿਸ਼ਰਤ। ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਕਿਹਾ ਮੰਨਦੇ ਹਨ। ਕਾਸ਼ ਮੈਂ ਡਾਕਟਰ ਹੁੰਦਾ, ਇਸਦਾ ਬਣਾਉਣਾ ਸਧਾਰਨ ਵਾਕ। ਮੇਰੀ ਇੱਛਾ ਹੈ ਕਿ ਮੈਂ ਡਾਕਟਰ ਹੁੰਦਾ। ਇਸ ਤੋਂ ਬਾਅਦ ਹੇਠ ਲਿਖਿਆ ਖੌਤਾਂ ਵਿੱਚੋਂ ਕਿਸੇ ਤਿੰਨੂੰ ਵਾਕਾਂ ਵਿੱਚ ਵਰਤੋ ਜਾਂ ਉਹਨਾਂ ਦੇ ਵਰਤੋਂ ਦੀਆਂ ਸਥਿਤੀਆਂ ਦੱਸੋ। ਉੱਠੇ ਦਾ ਉੱਠ, ਨਹੀਂ ਰੇਤੇ ਦੀ ਮੁੱਠ। ਅਤੇ ਇਸਦਾ ਅਰਥ ਹੁੰਦਾ ਕਿ ਜਿਹੜਾ ਬੰਦਾ ਕੰਮ ਕਾਰ ਨਹੀਂ ਕਰਦਾ ਉਹ ਬੇਕਾਰ ਆ। ਮਨਵੀਰ, ਤੂੰ ਦੁਪਹਿਰ ਤੱਕ ਸੁੱਤਾ ਹੀ ਨਾ ਰਿਹਾ ਕਰ, ਜਦੋਂ ਤੱਕ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਤੂੰ ਆਪਣੇ ਬਾਪੂ ਜੀ ਦਾ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਇਆ ਕਰ। ਵੇਲ ਅਤੇ ਆਲਸ ਤਾਂ ਬੰਦੇ ਨੂੰ ਨਿਕੰਮਾ ਕਰ ਦਿੰਦੀ ਹੈ, ਸਿਆਣਿਆਂ ਨੇ ਠੀਕ ਹੀ ਕਿਹਾ, ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱਠ, ਮਨਵੀਰ ਦੇ ਮਾਤਾ ਜੀ ਨੇ ਉਸਨੂੰ ਸਮਝਾਉਂਦਿਆਂ ਕਿਹਾ। ਆਰੇ ਨੂੰ ਇੱਕ ਪਾਸੇ ਦਿੰਦੇ, ਜਹਾਨ ਨੂੰ ਦੋਵੇਂ ਪਾਸੇ। ਅਤੇ ਜਿਸਦਾ ਅਰਥ ਹੁੰਦਾ ਹੈ ਕਿ ਦੂਜਿਆਂ ਨੇ ਤੁਹਾਡੇ ਹਰ ਕੰਮ ਦਾ ਵਿਰੋਧ ਕਰਨਾ। ਰਣਵੀਰ, ਮਾਤਾ ਜੀ ਮੈਂ ਸੋਚਦਾ ਆਪਾਂ ਭੈਣ ਦਾ ਵਿਆਹ ਪੈਲਸ ਵਿੱਚ ਹੀ ਕਰੀਏ, ਨਹੀਂ ਤਾਂ ਲੋਕ ਐਵੇਂ ਗੱਲਾਂ ਕਰਨਗੇ। ਮਾਤਾ ਜੀ, ਨਾ ਪੁੱਤਰ, ਆਪਾਂ ਨੇ ਆਪਣੀ ਚਾਦਰ ਵੇਖਣੀ ਅਤੇ ਘਰ ਦੇ ਵਿਹੜੇ ਵਿੱਚ ਹੀ ਟੈਂਟ ਲਾ ਕੇ ਵਿਆਹ ਕਰਾਂਗੇ। ਲੋਕਾਂ ਦਾ ਕੀ ਹੈ, ਜੇ ਬਹੁਤਾ ਖਰਚਾ ਕਰਕੇ ਕਰਜ਼ਾ ਚੜਾ ਲਿਆ ਲੋਕ ਤਾਂ ਫਿਰ ਵੀ ਗੱਲਾਂ ਕਰਨਗੇ। ਸਿਆਣਿਆਂ ਨੇ ਐਵੇਂ ਨਹੀਂ ਕਿਹਾ, ਆਰੇ ਨੂੰ ਇੱਕ ਪਾਸੇ ਦਿੰਦੇ, ਜਹਾਨ ਨੂੰ ਦੋਵੇਂ ਪਾਸੇ। ਇਸ ਤੋਂ ਬਾਅਦ ਸੰਗ ਤਾਰੇ ਕੁਸੰਗ ਡੁੱਬੇ, ਜਿਸਦਾ ਅਰਥ ਹੈ ਕਿ ਸੰਗਤ ਦਾ ਅਸਰ ਹੁੰਦਾ। ਖੁਸ਼ਪ੍ਰੀਤ ਹਮੇਸ਼ਾ ਵਧੀਆ ਅੰਕ ਪ੍ਰਾਪਤ ਕਰਦਾ ਸੀ ਪਰ 11ਵੀਂ ਸ਼੍ਰੇਣੀ ਵਿੱਚ ਉਹ ਮੁਸ਼ਕਲ ਨਾਲ ਪਾਸ ਹੋਇਆ। ਖੁਸ਼ਪ੍ਰੀਤ ਵਧੀਆ ਬੱਚਾ ਪਰ ਉਸਦੇ ਮਾਪਿਆਂ ਨੂੰ ਨਤੀਜਾ ਦੱਸਦੇ ਹੋਏ ਅਧਿਆਪਕ ਨੇ ਕਿਹਾ ਕਿ ਇਸ ਸਾਲ ਉਸਦੀ ਸੰਗਤ ਚੰਗੀ ਨਹੀਂ ਸੀ, ਉਸਨੂੰ ਸਮਝਾਓ ਅਤੇ ਚੰਗੇ ਬੱਚਿਆਂ ਦੀ ਸੰਗਤ ਕਰਨ ਦੀ ਪ੍ਰੇਰਣਾ ਦਿਓ, ਕਿਉਂਕਿ ਸਿਆਣਿਆਂ ਦਾ ਕਥਨ ਹੈ ਸੰਗ ਤਾਰੇ ਕੁਸੰਗ ਡੁੱਬੇ। ਅਤੇ ਇਸ ਤੋਂ ਬਾਅਦ ਕੋਹ ਨਾ ਚੱਲੀ ਬਾਬਾ ਤੇ ਆਈ, ਜਾਂ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਾਉਂਦੀ ਹਾਂ, ਅਤੇ ਇਹ ਤੁਹਾਡਾ ਹੋਮਵਰਕ ਹੈ ਅਤੇ ਸਾਨੂੰ ਇਸਦਾ ਉੱਤਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਅਤੇ ਇਸ ਤੋਂ ਬਾਅਦ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ, ਵਗਦੇ ਪਾਣੀ ਵਾਰਸ਼ਾਂ ਜਾਂ ਗੀਤ। ਅਤੇ ਅਸੀਂ ਵਗਦੇ ਪਾਣੀ ਕਵਿਤਾ ਦਾ ਕੇਂਦਰੀ ਭਾਵ ਲਿਖਿਆ, ਵਗਦੇ ਪਾਣੀ ਕਵਿਤਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਰਚਨਾ। ਇਸਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ,
ਮਨੁੱਖ ਨੂੰ ਹਮੇਸ਼ਾ ਜ਼ਿੰਦਗੀ ਵਿੱਚ ਗਤੀਸ਼ੀਲ ਹੋਣਾ ਚਾਹੀਦਾ, ਚਲਦੇ ਰਹਿਣਾ ਹੀ ਜ਼ਿੰਦਗੀ ਹੈ ਅਤੇ ਰੁਕਣਾ ਮੌਤ ਦੀ ਨਿਸ਼ਾਨੀ ਆ। ਇਸ ਲਈ ਸਾਨੂੰ ਹਮੇਸ਼ਾ ਵਗਦੇ ਪਾਣੀਆਂ ਵਾਂਗ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਮਨੁੱਖੀ ਜਿੰਦੜੀਆਂ ਦੀ ਏਕਤਾ ਹੀ ਉਹਨਾਂ ਨੂੰ ਜੀਵਦੇ ਰੱਖਦੀ ਹੈ ਅਤੇ ਮਨੁੱਖ ਦੀ ਰੂਹ ਦੀਆਂ ਉਡਾਰੀਆਂ ਹੀ ਉਸਨੂੰ ਵਿਕਾਸ ਦੀਆਂ ਉੱਚੀਆਂ ਮੰਜ਼ਿਲਾਂ 'ਤੇ ਪਹੁੰਚਾਉਂਦੀਆਂ ਹਨ। ਅਤੇ ਇਸ ਤੋਂ ਬਾਅਦ ਕਿਸੇ ਕਹਾਣੀ ਦਾ ਸਾਰ, ਨੀਲੀ ਜਾਂ ਮਾੜਾ ਬੰਦਾ ਅਤੇ ਸਾਰ ਤੁਸੀਂ ਆਪਣੇ ਵੱਲੋਂ ਲਿਖ ਸਕਦੇ ਹੋ।